ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਪਰਾਲੀ ਨੂੰ ਲੱਗੀ ਅੱਗ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ 3 ਪਸ਼ੂ ਅੱਗ ਦੀ ਲਪੇਟ ਵਿੱਚ ਆ ਗਏ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹੀ ਇੱਕ ਕਿਸਾਨ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਸੀ ਤੇ ਉਸ ਅੱਗ ਦੀ ਲਪੇਟ ਦੇ ਵਿੱਚ ਉਹਨਾਂ ਦੇ 3 ਪਸ਼ੂ ਆ ਗਏ ਜਿਹੜੇ ਕਿ ਬੁਰੀ ਤਰ੍ਹਾਂ ਨਾਲ ਝੁਲਸੇ ਗਏ ਨੇ ਅਤੇ ਉਹਨਾਂ ਦੀ ਬਾਹਰ ਪਈ ਤੂੜੀ ਤੋਂ ਇਲਾਵਾ ਹੋਰ ਸਮਾਨ ਨੂੰ ਵੀ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਪਰ ਜ਼ਿੰਮੇਦਾਰ ਦੇ ਵੱਲੋਂ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਚੁੱਪ ਕਰਵਾਇਆ ਜਾ ਰਿਹਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਸਦਾ ਵੀ ਮੁਆਵਜ਼ਾ ਦਿੱਤਾ ਜਾਵੇ। ਕਰੀਬ 2.5 ਦੇ ਕਰੀਬ ਲੱਗੀ ਆ ਜੀ, ਇਹ ਲਾਈ ਆ ਜੀ, ਮੋਰ ਸਿੰਘ ਨੇ ਲਾਈ ਆ ਪਿੰਡ ਠੇਠਰ ਕਲਾਂ ਤੋਂ ਜੀ ਅਤੇ ਸਾਡੇ ਨਜ਼ਦੀਕ ਹੀ ਰਹਿੰਦੇ ਜੀ ਗਵਾਂਢ ਪਿੰਡ ਗਵਾਂਢ ਘਰ ਜੀ ਅਤੇ ਪਿਛਲੇ ਪਾਸੇ ਉਹਨਾਂ ਦੀ ਪੈਲੀ ਆ ਜੀ ਘਰ ਦੇ ਨਾਲ ਅਤੇ ਉਹਨਾਂ ਨੇ ਜੀ ਘਰ ਕੋਲੋਂ ਅੱਗ ਲਾਈ ਆ ਜੀ ਅਤੇ ਆਪ ਪਾਸੇ ਹੋ ਗਿਆ ਜੀ ਅਤੇ ਸਾਡੇ ਛੱਪਰ ਨੂੰ ਅੱਗ ਪੈ ਗਈ ਅਤੇ ਸਾਡੇ ਪਸ਼ੂ ਮੱਚ ਗਏ ਅਤੇ ਸਾਡੇ ਹੋਰ ਵੀ ਨੁਕਸਾਨ ਵਾਹਵਾ ਹੋਇਆ ਜੀ। ਅੰਦਾਜ਼ਾ ਕਿੰਨਾ ਕੁ ਨੁਕਸਾਨ ਹੋ ਗਿਆ? ਸਾਡਾ ਹੋ ਗਿਆ ਜੀ 3-4 ਦੇ ਕਰੀਬ ਨੁਕਸਾਨ ਹੋ ਗਿਆ ਜੀ, 3-4 ਲੱਖ ਦੇ। ਠੀਕ ਹੈ, ਹੁਣ ਤੁਹਾਡੀ ਕੀ ਮੰਗ? ਸਾਡੀ ਮੰਗ ਆ ਜੀ ਸਾਡਾ ਨੁਕਸਾਨ ਭਰਾਇਆ ਜਾਵੇ ਜੀ, ਸਾਡੀ ਇਹੀ ਮੰਗ ਆ ਜੀ। ਮੈਂ ਉਸ ਵਕਤ ਸਾਰਾ ਅੰਦਰ ਪਈ ਸੀਗੀ, ਮੇਰਾ ਵੱਡਾ ਆਪਰੇਸ਼ਨ ਹੋਇਆ, 3 ਦਿਨ ਦਾ ਬੱਚਾ ਜੀ ਅਜੇ ਮੇਰਾ, ਅਤੇ ਜਦੋਂ ਅੱਗ ਲੱਗੀ ਅਤੇ ਦੇਖੀ ਅਸੀਂ ਰੌਲਾ ਪਾਇਆ ਜੀ, ਬਹੁਤ ਪਿੰਡ ਵਾਸੀ ਇਕੱਠੇ ਹੋਏ, ਪਿੰਡ ਵਾਸੀਆਂ ਨੇ ਬਹੁਤ ਯਤਨ ਨਾਲ ਅੱਗ ਬੁਝਾਈ ਆ ਜੀ, 2 ਮੋਟਰਾਂ ਚੱਲ ਰਹੀਆਂ ਉਸ ਨਾਲ ਅੱਗ ਬੁਝਾਈਏ, ਉਹ ਉਸ ਵਕਤ ਬੰਦਾ ਪਾਸੇ ਚਲਾ ਗਿਆ ਜੀ ਅੱਗ ਲਾ ਕੇ। ਕਿੰਨਾ ਕੁ ਨੁਕਸਾਨ ਹੋ ਚੁੱਕਾ? ਹੋ ਗਿਆ ਜੀ 3-4 ਲੱਖ ਦਾ ਨੁਕਸਾਨ ਹੋ ਗਿਆ ਜੀ, 3 ਮੱਝਾਂ ਮੱਚ ਗਈਆਂ ਜੀ ਸਾਡੀਆਂ। ਮੰਗ ਇਹ ਆ ਜੀ ਜੋ ਵੀ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ, ਮੰਗ ਸਾਡੀ ਬਸ ਇਹੀ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ। ਕਿਹੜੇ ਬੰਦੇ ਵੱਲੋਂ ਅੱਗ ਲਾਈ ਗਈ? ਮੋਰ ਵੱਲੋਂ ਅੱਗ ਲਾਈ ਗਈ ਹੈ ਜੀ। ਉਹਨਾਂ ਨਾਲ ਕੋਈ ਗੱਲਬਾਤ ਕੀਤੀ ਤੁਸੀਂ? ਨਹੀਂ ਜੀ, ਕੋਈ ਉਹਨਾਂ ਨੇ ਗੱਲ ਸੁਣੀ ਨਹੀਂ, ਕਹਿੰਦਾ ਵੀ ਮੈਂ ਨਹੀਂ ਆ ਸਕਦਾ, ਮੇਰਾ ਕੀ ਕਰੂੰਗੇ। ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਕਿਹਾ ਜਾ ਰਿਹਾ ਤੇ ਵੱਡੇ ਜੁਰਮਾਨੇ ਦਾ ਵੀ ਐਲਾਨ ਕੀਤਾ ਗਿਆ, ਪਰ ਅਜੇ ਵੀ ਕਿਸਾਨ ਪਰਾਲੀ ਸਾੜ ਰਹੇ ਨੇ, ਜਿਸ ਦੇ ਕਾਰਨ ਹਵਾ ਤਾਂ ਪ੍ਰਦੂਸ਼ਿਤ ਹੋ ਹੀ ਰਹੀ ਹੈ ਤੇ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।